ਕਰਦੇ ਕਿ 2 ਮਿੰਟ ਜਿਹੜੇ ਉਹ ਉੱਠਦੇ ਲੱਗ ਜਾਂਦੇ ਨੇ। 5 ਮਿੰਟ ਦਾ ਟਾਈਮ ਇੱਕ ਬੁਲਾੜੇ ਨੂੰ ਦੇ ਦਿਆ ਕਰੋ, 5-6 ਮਿੰਟ ਚਾਰ ਉੱਠ ਕਰ ਲਓ, ਦੂਸਰੇ ਵਿੱਚ ਬਹਿ ਜਾ ਕਰੋ। ਅੱਜ ਜੋ ਸਾਡੀ ਮੀਟਿੰਗ ਜਨਾਰੇ ਹਲਕੇ ਦੇ ਵਿੱਚ ਗੋਪਾਲ ਨਗਰ ਰਾਜ ਸ਼ਰਤ 'ਤੇ ਰੱਖੀ ਗਈ ਹੈ, ਇਹ ਸਾਰੀਆਂ ਵੱਖ ਵੱਖ ਜਥੇਬੰਦੀਆਂ ਸਾਡੇ ਗੁਰਦ ਸਾਹਿਬ ਜੀ ਰਾਏ ਸਿੱਖ ਬਰਾਦਰੀ ਵੱਲੋਂ ਪੰਜਾਬ ਦੇ ਬੰਦੇ ਸੀਨੀਅਰ ਮੀਤ ਪ੍ਰਧਾਨ ਨੇ, ਦਲਜੀਤ ਸਿੰਘ ਜੀ ਨੰਬਰਦਾਰ, ਇਸ ਤਰ੍ਹਾਂ ਇਹ ਤਾਂ ਸਾਡੇ ਵੀਰਾਂ ਨੇ ਸਾਡੇ ਨਾਲ ਇਲੈਕਸ਼ਨ ਵੀ ਲੜੀ ਹੈ, ਸਿੱਖਿਆ ਭਾਈਚਾਰੇ ਵੱਲੋਂ ਸਾਡੇ ਚੇਲੇ ਤੋਂ ਗੁਰਦ ਪਾਤਸ਼ਾਹ ਦੇ ਵੀ ਨਾਲ ਸਿੰਘ ਆਏ ਨੇ, ਉਹ ਸਾਰੇ ਜਿੰਨੇ ਵੀ ਇਲਾਕੇ ਦੇ ਆਪਣੇ ਮੁਸਲਮਾਨ ਦੀਆਂ ਵੱਲੋਂ ਪੰਜਾਬ ਦੇ ਬੰਦੇ ਜੋ ਸਾਡੇ ਵੀਰ ਹਨ ਉਹ ਵੀ ਵਿੱਚ ਆਏ ਨੇ। ਬਾਕੀ ਮੀਟਿੰਗ ਜਿਹੜੀ ਹੈ ਉਹ ਦੱਸੀ ਹੈ ਕਿ ਸਿੱਖ ਭਾਈਚਾਰੇ ਵੱਲੋਂ ਜਿਹੜਾ ਦਫ਼ਤਰ ਘੱਟ ਗਿਣਤੀਆਂ ਵੱਲੋਂ ਮਜ਼ਦੂਰਾਂ ਵੱਲੋਂ ਖੋਲ੍ਹਿਆ ਗਿਆ ਸੀ ਕਿ 2 ਮੀਟਿੰਗਾਂ ਅਸੀਂ ਮਹੀਨੇ 'ਚ ਕਰਦੇ ਹਾਂ, ਬੜੀ ਚੰਗੀ ਗੱਲ ਹੈ। ਪਰ ਅੱਜ ਦੀ ਮੀਟਿੰਗ ਜਿਹੜੀ ਹੈ ਇਸ ਕਰਕੇ ਹੈ ਸਾਧ ਸੰਗਤ ਜੀ ਕਿ ਇਹਦਾ ਜਿਹੜਾ CAA ਆ ਇਹ ਕਹਿਣ ਦਾ ਭਾਵ ਅੰਗਰੇਜ਼ੀ ਦਾ ਲਫ਼ਜ਼ ਹੈ, ਪੰਜਾਬੀ ਦੇ ਵਿੱਚ ਇਹਨੂੰ ਆਉਂਦੇ ਆ ਨਾਗਰਿਕ ਸ਼ੁੱਧ ਬਿੱਲ, ਜਿਹੜਾ ਮੋਦੀ ਨੇ ਅਤੇ ਉਹ ਜਿਹੜਾ ਅਮਿਤ ਸ਼ਾਹ ਉਹਨਾਂ ਨੇ ਲਿਆਉਂਦਾ ਹੈ। ਇਹਦੇ ਮਗਰ ਬੜਾ ਝੰਡਾ ਖਤਰਨਾਕ ਆ। ਕਹਿਣ ਦਾ ਭਾਵ ਕਿ ਅਸੀਂ ਤਾਂ ਆਪਣੇ ਸਾਡੇ ਵੱਡੇ ਦੇ ਵੀ ਸਮਝਾਉਂਦੇ ਰਹੇ, ਅਸੀਂ ਵੀ ਪੂਰੀ ਉਮਰ ਲਾ ਦੇਣ ਲੱਗੇ ਹਾਂ ਘੱਟ ਗਿਣਤੀਆਂ ਨੂੰ ਸਮਝਾਉਂਦਿਆਂ ਨੂੰ ਕਿ ਜਿਹੜਾ ਇਹ ਝੰਡਾ ਮਗਰ ਸਾਨੂੰ ਫੁੱਲ ਜਾਪਦਾ ਨਾ, ਫੁੱਲ ਪੂਰਾ ਨਹੀਂ ਜੀ, ਫੁੱਲ ਬੜਾ ਖਤਰਨਾਕ ਜੀ। ਤੂੰ ਫੁੱਲ ਦਾ ਸਾਥ ਦੇ ਰਹੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਡੇ ਵਿੱਚੋਂ ਹੀ ਜਾ ਕੇ ਉਹਨਾਂ ਦਾ ਸਾਥ ਦੇ ਰਹੇ, ਹੋਰ ਸਾਡੀ ਕੋਈ ਬਾਦਲ ਦੇ ਨਾਲ ਅੰਤਰ ਦੀ ਕਹਿਣ ਦਾ ਭਾਵ ਹੈ ਕੋਈ ਰੰਜਿਸ਼ ਨਹੀਂ। ਪਰ ਜਿਹੜਾ ਇਹ ਝੰਡਾ ਪਿੱਛੇ ਆਉਣਾ, ਇਹ 1926 ਦੇ ਵਿੱਚ ਲਾਹੌਰ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਇਹਨਾਂ ਨੇ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਬਣਾਈ ਹੈ ਜੰਗ ਸੰਘ RSS ਦੀ ਇੱਕ ਬੜੀ ਵੱਡੀ ਇੱਕ ਸੋਚ ਆ। ਉੱਥੇ ਇਹਨਾਂ ਨੇ ਇਹ 1926 'ਚ ਮੀਟਿੰਗ ਕੀਤੀ, 1932 'ਚ ਇਹਨਾਂ ਉਹਨੂੰ ਅੱਗੇ ਲਿਆਂਦਾ। ਇਹ ਜਿਹੜਾ ਭਾਰਤ ਦੇਸ਼ ਆ ਇਹਦੇ 'ਤੇ ਕਬਜ਼ਾ ਅਸੀਂ ਕਿਸ ਤਰ੍ਹਾਂ ਕਰਨਾ, ਸਾਡੇ ਲੋਕ ਲੜੇ ਜ਼ਰੂਰ, ਭਗਤ ਸਿੰਘ ਦੱਤ ਵੀ ਲੜਿਆ ਜਾਂ ਹੋਰ ਕ੍ਰਿਸ਼ਨ ਭਾਈਚਾਰੇ ਮੁਸਲਮਾਨ, ਪਰ ਉਹ ਇੰਨੀ ਸੋਝੀ ਨਹੀਂ ਸੀ ਰੱਖਦੇ। ਇਹਨਾਂ ਦਾ ਮਗਰ ਝੰਡਾ ਕਿਹੜਾ ਵਾ, ਉਹ ਇਹਨਾਂ ਸਿੱਝੇ ਝੰਡਾ ਜਿਹੜਾ ਵਾ। ਕਹਿਣ ਦਾ ਭਾਵ ਹੈ ਕਿ 1947 'ਚ ਇਹ ਦੇਸ਼ ਜਿਹੜਾ ਸਾਡਾ ਤਾਂ ਨਹੀਂ ਦੇਸ਼ ਯਾਦ ਹੋਇਆ, ਪਰ ਭਾਰਤ ਦੇਸ਼ ਯਾਦ ਹੋ ਗਿਆ, ਇੰਡੀਆ ਹੋ ਗਿਆ। ਇਹਦੇ ਵਿੱਚ ਹਿੰਦੁਸਤਾਨ ਦਾ ਨਾਂ ਹੀ ਨਹੀਂ, ਸੰਵਿਧਾਨ ਪੜ੍ਹ ਕੇ ਵੇਖ ਲਓ, ਉਹਦੇ ਵਿੱਚ ਆ ਭਾਰਤ ਦੇ ਇੰਡੀਆ, ਜਿਹੜਾ ਹਿੰਦੁਸਤਾਨ ਨਾਂ ਰੱਖਿਆ ਜਾ, ਇੱਕ ਧੱਕੇ ਦਾ ਨਾਂ ਰੱਖਿਆ ਜਾ ਰਿਹਾ ਕਿ ਹਿੰਦੂਆਂ ਦੀ ਇੱਕ ਬੜੀ ਵੱਡੀ ਮੈਜੋਰਟੀ ਹੈ ਅਤੇ ਹਿੰਦੁਸਤਾਨ ਹੈ, ਪਰ ਹੈ ਹੀ ਨਹੀਂ। ਇਹ ਹੁਣ ਚੱਲਦੇ ਚੱਲਦੇ ਇਹਨਾਂ ਦੀ ਕੋਈ ਇੱਡੀ ਬਹੁਤੀ ਵੱਡੀ ਗਿਣਤੀ ਨਹੀਂ ਸੀ ਹੁੰਦੀ। ਵਾਜਪਾਈ ਦੇ ਵੇਲੇ ਇਹਨਾਂ ਨੇ ਥੋੜ੍ਹੇ ਜਿਹੇ MP ਜਿੱਤੇ, ਅਤੇ ਵਾਜਪਾਈ ਪ੍ਰਧਾਨ ਮੰਤਰੀ ਨਾ ਬਣਿਆ ਅਤੇ ਸੁਰਿੰਦਰਪਾਲ ਸਿੰਘ ਨੇ ਦੱਸਿਆ ਨਾ ਕਿ ਝੰਡਾ ਉਦੋਂ ਲਾਗੂ ਕਰਨ ਦਾ ਇਹਨਾਂ ਦਾ ਇਰਾਦਾ ਬਣ ਚੁੱਕਾ ਸੀ। ਸਾਡੇ ਭਰਾਵਾਂ ਨੇ ਗਲਤੀ ਕੀਤੀ, ਪ੍ਰਕਾਸ਼ ਸਿੰਘ ਬਾਦਲ ਦੇ ਲੀਡਰਾਂ ਨੇ, ਕਿ ਇਹਨਾਂ ਨੇ ਕਿ ਜਿਹੜੀ ਬਗੈਰ ਸ਼ਰਤ ਤੋਂ ਹਮਾਇਤ ਦਿੱਤੀ, ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਇਹ ਸਿੱਖ ਜਾਂ ਪੰਜਾਬੀ ਬੜੇ ਦੁਖੀ ਸਨ, ਉਹਨਾਂ ਨੇ ਅੱਜ ਅਕਾਲੀ ਦਲ ਸਮਝ ਕੇ ਹਮਾਇਤ ਦਿੱਤੀ। ਅਕਾਲੀ ਦਲ ਦਾ ਮਤਲਬ ਹੀ ਵੱਧ ਅਧਿਕਾਰ ਲੈਣੇ, ਕਿ ਜਿੰਨੇ ਵੀ ਸੂਬੇ ਪੰਜਾਬ ਦੇ ਨੇ ਉਹ ਵੱਧ ਅਧਿਕਾਰ ਹਰ ਹਾਲਤ 'ਚ ਲੈਣੇ ਨੇ।
ਜਿਹਦੇ 1978 ਦਾ ਮੋਰਚਾ ਵੀ ਲੱਗਾ, ਸਭ ਕੁਛ ਬਹੁਤ ਕੁਛ ਹੋਇਆ। ਤੇ ਜਿਹੜਾ ਹੈਗਾ ਸੀ ਕਸ਼ਮੀਰ ਦਾ ਮਸਲਾ, ਇਹ 1950 ਦੇ ਵਿੱਚ ਉਹਨਾਂ ਨੇ ਇਹਨਾਂ ਦੇ ਨਾਲ ਸਮਝੌਤਾ ਕੀਤਾ।